ਸਾਡੇ ਨਾਲ ਤਹਿਸੀਲ ਦੌਸਾ ਦੇ ਮਾਰੂਫ ਜ਼ਮੀਨਦਾਰ ਮੁਹੰਮਦ ਇਸ਼ਫਾਕ ਖਾਨ ਉਰਫ ਕਾਲੂ ਖਾਨ ਪਤਾਫੀ ਮੌਜੂਦ ਹਨ। ਨਾਜ਼ਰੀਨ ਤੋਂ ਕੋ ਪਤੇ ਜੋ ਇੱਥਾਂ ਅਰਬਾਂ ਰੁਪਏ ਦੀ ਮਾਲੀਅਤ ਨਾਲ ਕੌੜਾ ਡੈਮ ਵਾਲਾ ਸੰਘਾ ਡੈਮ ਔਰ ਵਹਾ ਡੈਮ ਦੇ ਉੱਤੇ ਕੰਮ ਥਾਏ, ਅਸਾਂ ਇਹਦੇ ਕਿ ਇਸ਼ਫਾਕਾਂ ਕੇ ਸਵਾਲ ਕਰੇ ਸੂੰ ਜੋ ਇਹ ਕਿਤਲੀ ਮਾਲੀਅਤ ਦਾ ਹਕੂਮਤ ਪੰਜਾਬ ਨੇ ਇੱਥੇ ਕੰਮ ਕੀਤਾ ਔਰ ਇੱਥੇ ਕਿਸਾਨਾਂ ਨੂੰ ਕਿਆ ਰਿਲੀਫ ਮਿਲਣਾ ਹੈ। ਜੀ ਇਸ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜਨਾਬ ਦਾ ਸਵਾਲ ਜਿਹੜਾ ਹੈ ਬਹੁਤ ਅੱਛਾ ਹੈ। ਪੈਸੇ ਦੇ ਹਵਾਲੇ ਨਾਲ 3.5 ਅਰਬ ਦਾ ਕੰਮ ਆ ਕੌੜੇ ਦਰ ਦਾ ਜੀ, ਅਸਾਂ ਤਕਰੀਬਨ ਇਤਨਾ ਹੀ ਕੰਮ ਬਹੁਤ ਦਰ ਦਾ ਔਰ ਸੰਘੜ ਦਰ ਦਾ ਕੰਮ ਹਾ ਜਿਹਦਾ ਮੁਕਨੀਨ ਸਾਰੇ ਕੋਲੋਂ ਜਿਹੜਾ ਕੰਮ ਕੀਤਾ ਗਿਆ ਉਹ ਕਈ ਦੇ ਉੱਤੇ ਪੂਰਾ ਨਹੀਂ ਉਤਰਦਾ ਜੀ। ਅਸਾਂ ਦੇ ਕੋਲੋਂ ਕਈ ਦਫ਼ਾ ਇਹਨੇ ਮਸ਼ਵਰੇ ਗਿਧੇ ਹਨ, ਲੇਕਿਨ ਕਈ ਮਸ਼ਵਰੇ ਤੇ ਜ਼ਮੀਨਦਾਰ ਜਾਂ ਕਿਸਾਨ ਦੇ ਮਸ਼ਵਰੇ ਤੇ ਅਮਲ ਨਹੀਂ ਕੀਤਾ ਗਿਆ। ਅੱਛਾ, ਇਹਦੇ ਉੱਤੇ ਤੁਸੀਂ ਕਿਸਾਨਾਂ ਨੂੰ ਕੋਈ ਇਤਜਾਜ ਜਾਂ ਕੋਈ ਇਹੋ ਕੀਤਾ? ਇਤਜਾਜ ਤਾਂ ਕਿਤੇ ਅਸਾਂ ਮੁਖਤਲਿਫ ਔਕਾਤ ਵਿੱਚ ਮੁਖਤਲਿਫ ਇਹਨਾਂ ਦੇ ਅਫਸਰਾਂ ਨੂੰ ਮਿਲਦੇ ਰਹਿੰਦੇ ਹਾਂ, ਉਹ ਇਹੋ ਹੀ ਇਹੋ ਕਰਦੇ ਹਨ ਕਿ ਵੀ ਅਸਾਂ ਤੁਹਾਡੇ ਕੰਮ ਮੋਨੀਟਰ ਕਰਨੇ ਪਏ ਜੀ ਔਰ ਤੁਸਾਂ ਸਲਾਹ ਕਰੇ ਸੋ ਤੁਹਾਡਾ ਕੰਮ ਸਹੀ ਸੀ, ਲੇਕਿਨ ਸਹੀ ਸੀ ਯਾਰ। ਅੱਛਾ, ਇਹ ਦੱਸੋ ਜਿਹੜਾ ਕੌੜਾ ਡੈਮ ਹੈ ਜਾਂ ਵਹਾ ਡੈਮ ਹੈ, ਇਹਦੇ 'ਚ ਅਗਰ ਇਹ ਕੰਮ ਥੀ ਵਿੱਚ ਕਿਤਲੇ ਮਵਾਜ਼ਿਆਤ ਫਾਇਦਾ ਥੀ ਗਿਆ, ਕਿਹੜੇ ਕਿਹੜੇ ਮਵਾਜ਼ਿਆਤ? ਦਰ ਕੌੜੇ ਦੇ ਉੱਤੇ ਮੌਜ਼ਾ ਲਖਾਣੀ ਜੀ, ਮੌਜ਼ਾ ਤਾਲਾ ਤਾਲਾ, ਮੌਜ਼ਾ ਸ਼ਾਦੀ ਵਾਲਾ, ਮੌਜ਼ਾ ਭੁੱਚ ਔਰ ਜੰਗ ਦਾ ਦਰ ਵਸੀ ਇਲਾਕਾ ਹੈ ਜਿਹੜਾ ਆਬਾਦ ਸੀਮਾ ਆ, ਉਹਦੇ 'ਚੋਂ 3 ਸਾਲ ਅਸਾਂ ਕੁਰੇ ਵਿੱਚੀਏ ਕਾਹਸਾਲੇ ਬਹੋਵੇ ਦੇ ਕਿਤੇ ਜਿਹੜਾ ਡੈਮ ਬਣਾ ਗਿਆ ਉਹਦੇ 'ਚ ਮੌਜ਼ਾ ਬਹੋਵਾ, ਕੁਤਾਣੀ, ਮਿੱਠੇ ਵਾਲੀ, ਖਸਰਾਣੀ ਵਾਲਾ, ਕੁਆਰ ਔਰ ਜਲੂ ਵਾਲੀ ਦੇ ਰੁਪਏ ਆਬਾਦ ਤੇ ਬਣਿਆ, ਜਿਹੜਾ ਅਜੇ ਹੀ ਕੰਮ ਅਧੂਰਾ ਪਿਆ ਸੀ। ਅੱਛਾ, ਇਹਨਾਂ ਉੱਤੇ ਕਈ ਬੰਦੇ ਨੇ ਐਕਸ਼ਨ ਕੀਤੇ, ਮੈਂ ਕੋ ਹੁਣ ਪਤਾ ਲੱਗੇ ਕਿ ਬ੍ਰਿਗੇਡੀਅਰ ਸਾਹਿਬ ਹਨ, ਬ੍ਰਿਗੇਡੀਅਰ ਅਨੁਰਾਗ ਸਾਹਿਬ ਪਿਛਲੇ ਸਾਲ, ਕਿਉਂਕਿ ਬਹੁਤ ਸਾਰੇ ਕੁਰੇ ਮੁਕਤਾਈ ਫਿਰਨ ਲੋਕ ਜਿਹੜਾ ਹੈ ਮਹਿਕਮੇ ਕਾਨੂੰਨ ਦੇ ਕੰਮ ਸਾਰੇ ਫਿਰ ਮਾਯੂਸ ਸੀ ਗਏ ਹਨ, ਬ੍ਰਿਗੇਡੀਅਰ ਸਾਹਿਬ ਕੋ ਮੰਨ ਕੇ ਇਸਤਦਾ ਕੀਤੇ ਹਨ ਵੀ ਅਸਾਂ ਗੈਰ ਆਬਾਦ ਹੈ, ਤੁਸੀਂ ਮਿਹਰਬਾਨੀ ਕਰੋ ਕਈ ਨਾ ਕੋਈ ਇਹ ਕਰੋ। ਉਹ ਵੇਲੇ ਉਹ ਮਹਿਕਮੇ ਰਜੇਸ਼ਨ ਦਾ ਅਫਸਰਾਂ ਨਾਲ ਮੁਲਾਕਾਤ ਕੀਤੀ ਹੈ, ਉਹਨੇ ਬਿਲਡੋਜ਼ਰ ਦਿੱਤੇ ਡੀਜ਼ਲ ਨਹੀਂ ਦਿੱਤਾ, ਡੀਜ਼ਲ ਬ੍ਰਿਗੇਡੀਅਰ ਸਾਹਿਬ ਆਪਣੇ ਗੰਢੋਂ ਦਿੱਤੇ, ਉਹਦੇ ਨਾਲ ਜਿਹੜਾ ਉਹ ਗੰਢ ਦੇ ਉੱਤੇ ਬੰਨ ਹਨ ਟੁੱਟੇ ਹੋਏ ਹਨ ਜਿਹਨਾਂ ਨਾਲ ਪਾਣੀ ਜ਼ਾਇਦ ਥੀਂਦਾ, ਉਹ ਜੇ ਬਦਵਾਏ ਹਨ ਜਿਹਦੇ ਨਾਲ ਸਾਡਾ ਇਲਾਕਾ ਸੈਰਾਬ ਹੈ, ਔਰ ਉਹਨੂੰ ਹੀ ਨੇਬ ਕੋ ਦਰਖਾਸਤ ਦਿੱਤੀ ਹੈ ਜਿਹਦੀ ਸੁਣਵਾਈ ਇਤਨੀ ਥਈ ਕਿ ਹੁਣ ਇਹ ਮਹਿਕਮੇ ਨੇ ਆ ਕੇ ਕੱਚਾ ਕੰਮ ਸ਼ੁਰੂ ਕਰ ਦਿੱਤੇ, ਪੱਕਾ ਕੰਮ ਵੀ ਨਹੀਂ ਕੀਤਾ। ਅੱਛਾ, ਕੱਚੇ ਕੰਮ ਦਾ ਫਾਇਦਾ ਥੀ ਸੀ ਜਾਂ ਪੱਕੇ ਕੰਮ ਦਾ ਫਾਇਦਾ ਥੀ ਸੀ? ਕੰਮ ਪੱਕੇ ਦਾ ਫਾਇਦਾ ਥੀ ਨਾ, ਜਿੱਥਾਂ ਪੱਥਰ ਲਾਉਣੇ, ਕਿਉਂਕਿ ਕਟਾਈ ਦੇ ਜਿਹੜੇ ਗੁਲਾਈ ਦੇ ਜਾਈਏ ਉੱਥਾਂ ਸਾਰੇ ਨਏ ਜਿਹੜੇ ਕਟਾਈ ਕਰਨਗੇ, ਕਟਾਈ ਕਰਕੇ ਪਾਣੀ ਲੰਮੇ ਤੱਕ ਲਗਾਵੇਂਦੇ, ਜਿਹੜਾ ਪਾਣੀ ਲੰਮੇ ਤੱਕ ਲਗਾਵੇਂਦੇ ਉਹ ਸਾਰੇ ਕਈ ਮੌਜ਼ੇ ਕੋਈ ਆਬਾਦ ਨਹੀਂ ਕਰਾਉਂਦਾ, ਔਰ ਨਾਲ ਲੱਗਦਾ ਜਿਹੜਾ ਮੌਜ਼ਾ ਹੈ ਸਾਡਾ ਕੁਤਾਣੇ ਜਾਂ ਮਿੱਠੀ ਵਾਲਾ, ਉਹਨੇ ਦੇ ਮੰਜ ਕੇ ਨੁਕਸਾਨ ਕਰਾਉਂਦਾ, ਸਾ ਕੋਈ ਫਾਇਦਾ ਨਹੀਂ ਦਿੰਦਾ, ਉਹਨੇ ਮਵਾਜ਼ਾ ਦੇ ਨੁਕਸਾਨ ਮੰਜ ਕੇ ਕਰਾਉਂਦੇ। ਅਤੇ ਇਹ ਵੀ ਸਾਡੀ ਸੁਣੀਦ ਵਿੱਚ ਆਏ ਕਿ ਹੁਣ ਇਹੋ ਕੱਚਾ ਕੰਮ ਕਰਕੇ ਤਾਂ ਬਾਅਦ 3 ਮੀਟਰ ਕਾਹ ਦੇ ਸਨ, ਅਸਾਂ ਕੋਸ਼ਿਸ਼ ਕਰਨੇ ਪਏ ਕਿ ਅਗਰ ਬ੍ਰਿਗੇਡੀਅਰ ਸਾਹਿਬ ਇਹਨਾਂ ਕੋਲ ਕਈ ਚੀਜ਼ ਨਹੀਂ ਕਰਦਾ, ਨਹੀਂ ਵਿੱਚ ਅਸਾਂ ਬੜਾ ਕਹਿੰਦੇ ਪਏ। ਅੱਛਾ ਜੀ, ਅੱਛਾ ਦੱਸੋ ਕਿਆ ਇਹ ਕੰਮ ਨਹੀਂ ਆ ਅਤੇ ਤੁਸੀਂ ਵੀ ਨੈਬ ਵੇਸੋ, ਤੁਸੀਂ ਇਕੱਲੇ ਵੇਸੋ ਜਾਂ ਉੱਥੋਂ ਦੇ ਮੁਤਾਸਰਾ ਜ਼ਮੀਨਦਾਰ ਵੀ ਤੁਹਾਡੇ ਨਾਲ? ਜ਼ਮੀਨਦਾਰ ਸਾਡੇ ਨਾਲ। ਅੱਛਾ ਜੀ, ਬ੍ਰਿਗੇਡੀਅਰ ਸਾਹਿਬ ਵੀ ਅਸਾਂ ਨਾਲ ਹੈ, ਸਭ ਉਮੀਦ ਹੈ ਬ੍ਰਿਗੇਡੀਅਰ ਸਾਹਿਬ ਸਭ ਮਾਯੂਸ ਨਾ ਕਰੇ ਸਾਨੂੰ। ਸਹੀ, ਅਗਰ ਕੋਈ ਸਿਆਸੀ ਜਾਂ ਕੋਈ ਜਿਵੇਂ ਯਾਰ ਜੀ ਤਾਂ ਅਸਾਂ ਕੇਸ ਪੁਚਾਰ ਕੇ ਨੇ ਵਿੱਚ ਅਸਾਂ ਜ਼ਰੂਰ ਵੇਸੋ। ਸਹੀ। ਅੱਛਾ ਦੱਸੋ, ਇੱਥਾਂ ਤੁਸੀਂ ਮਕਾਮੀ MPs ਹਨ ਜਾਂ MLA, ਇਹ ਉਹਨਾਂ 'ਤੇ ਵੀ ਤੁਸੀਂ ਕਿਸਾਨ ਜਾਂ ਜ਼ਮੀਨਦਾਰ ਜਿੱਥੇ ਮਿਲੇ ਇਹ ਗੱਲ ਪੁੱਛਾਈਦੀ ਜਾਂ ਕੋਈ ਨਾ? ਸਰ MPA ਤੱਕ ਗੱਲ ਹੈ, MLA ਤੱਕ ਗੱਲ ਹੈ, MPA ਮੌਜੂਦਾ ਔਰ ਸਾਬਕਾ MPA ਮੀਰ ਬਾਦਸ਼ਾਹ, ਇਹ ਮੌਕੇ ਦੇ ਉੱਤੇ ਨੇ ਅਫਸਰਾਂ ਨਾਲ ਨੇ ਬਲੇ ਨਾਲ ਸਾਰੇ ਨਾਲ ਦੌਰਾ ਕੀਤੇ ਨੇ, ਲੇਕਿਨ
कहीं खातर खा जवाब नहीं दिता सिर्फ फोटो सेशन इन टाइम भी जरा कम थी ना पे सिर्फ ब्रिगेडियर साहब की वजह कम थी ना पे कि सियासी वजह कम नहीं थी ना पे क्योंकि सियासी लोग कहां जरे भत्ते देने दिवेने खिलने खिलने ठीक।